ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਮਲਿਕ ਇਰਸ਼ਾਦ, ਕੀ ਹਾਲ ਹੈ? ਠੀਕ ਸਰ ਜੀ, ਅੱਲਾ ਪਾਕ ਦਾ ਸ਼ੁਕਰ। ਖੈਰੀਅਤ ਹੈ? ਦੁਆਵਾਂ। ਅੱਛਾ, ਫਿਟਿੰਗ ਜਨਾਬ ਮਾਸ਼ਾਅੱਲਾ ਥਿੰਦੀਆਂ ਦੀ ਜੀ ਹਾਂ, ਬੜੀ ਪਸੰਦ ਆਈ ਹੈ ਸਰ ਜੀ। ਆ ਗੇਰ ਫਿੱਟ ਹੋਇਆ ਪਈ ਮਾਸ਼ਾਅੱਲਾ ਤੇ, ਕੋ ਚੈੱਕ ਕਰਾਏ ਹਰ ਇੱਕ ਕਰਾਰੀ ਫਿਟਿੰਗ, ਹਰ ਚੀਜ਼। ਇਹ ਨਵਾਂ ਜਨਾਬ ਕਰੋਨ ਪਿਨੀਅਨ ਹਾਂਡੀ ਹੋਰ ਗਿਨਾਇਆ ਸੀ ਜੀ, ਤੇ ਇਸ ਨੂੰ ਜਨਾਬ ਨਾਲ ਮਾਸ਼ਾਅੱਲਾ ਚੈੱਕ ਹੋਈ ਖੜੀ ਹੈ। ਇਹ ਵਨ ਹੋਈ ਪਈ ਹੈ ਜਨਾਬ, ਤੇ ਹੁਣ ਇਹਦਾ ਕੰਮ ਰਹਿੰਦਾ ਹੈ ਹਾਂਡੇ ਦਾ, ਗੇਅਰ ਦਾ ਟੋਟਾ ਤੇ ਹਾਊਸਿੰਗ ਦਾ ਟੋਟਾ। ਹਾਂਜੀ, ਅੱਜ ਰਾਤ ਨੂੰ ਕੰਮ ਕਰੇ ਸੂ ਇਨਸ਼ਾਅੱਲਾ, ਦੀ ਨੂੰ ਹੀ ਕੀਤਾ ਹੈ ਕਿਉਂਕਿ ਮਲਿਕ ਆਰਿਫ ਕੌਣ ਆਈ ਜੀ। ਅੱਜ ਰਾਤ ਨੂੰ ਮਲਿਕ ਆਰਿਫ ਹੀ ਹੋ ਸੀ ਜੀ, ਮਲਿਕ ਇਰਸ਼ਾਦ ਵੀ ਜੀ, ਤੇ ਜਨਾਬ ਪੂਰੀ ਟੀਮ ਰਾਤ ਨੂੰ ਇਨਸ਼ਾਅੱਲਾ ਇਹਦਾ ਨਾ ਇਹ ਹਿੱਸਾ ਮੁਕੰਮਲ ਕਰੇ ਸੂ ਤੇ ਇੰਜਣ ਰਹਿ ਵੈ ਜੀ। ਹਾਂ, ਕੋਸ਼ਿਸ਼ ਇਹ ਇਨਸ਼ਾਅੱਲਾ ਕਿ ਜਲਦੀ ਨੂੰ ਫਿਟਿੰਗ ਕਰੂੰ, ਕਿਉਂਕਿ ਪਹਿਲੇ ਸਮਾਨ ਪਾਰਟਸ ਵਗੈਰਾ ਕੌਣ ਆਈ ਤੇ ਇਸ ਵਜ੍ਹਾ ਤੋਂ ਇਹ ਹੁਣ ਉਸਤਾ ਜੀ ਨਿਊਟਰਲ ਪੋਜੀਸ਼ਨ ਹੀ ਖੜੇ ਦੇ ਪਏ ਵੇ, ਤੇ ਹਾਈ ਦੇ ਵਿੱਚ ਖੜੇ ਲੋਚ ਨਹੀਂ ਹੈ, ਤੇ ਇਹ ਨਿਊਟਰਲ ਪੇ ਦੇ ਪਏ ਵੇ, ਪਿਛੂ ਪਿਨੀਅਨ ਰੁਕਾ ਪਿਆ, ਹੁਣ ਗੇਅਰ ਲੱਗਸੀ ਤੇ ਚੱਲ ਸੀ ਹੈ, ਬਾਕੀ ਕੰਪਲੀਟ ਮਾਸ਼ਾਅੱਲਾ ਬੜਾ ਸੋਚ ਸਮਝ ਕੇ ਹਰ ਇੱਕ ਚੀਜ਼ ਨੂੰ ਫਿੱਟ ਕੀਤਾ ਹੈ, ਕੋਈ ਪ੍ਰੋਬਲਮ ਕਹਿ ਕਿਸਮ ਦਾ ਕਿਸੇ ਜਗ੍ਹਾ ਦੇ ਕੋਈ, ਅੱਗੇ ਚੱਲਣਾ ਨਸੀਬ ਮੁਕਤ ਜ਼ੀਰੋ ਦੇ ਬਰਾਬਰ ਗੇਅਰ ਹੈ, ਜ਼ੀਰੋ ਸਾਰਾ ਮੇਡ ਇਨ ਬੈਲਾਰਸ ਦਾ ਬੈਲਾਰਸ ਓਰੀਜਨਲ ਬੈਲਾਰਸ, ਇੱਕ ਗਰਾਰੀ ਵੀ ਵਿੱਚ ਐਸੀ ਨਹੀਂ ਜਾਂ ਲਾਕ ਹੀ ਐਸੀ ਨਹੀਂ ਜਿਹੜੀ ਦੀ ਆਪਣੀ ਓਰੀਜਨਲ ਨਾ ਹੋਵੇ। ਕੰਪਲੀਟ ਹੋਇਆ ਪਈ, ਸਿਰਫ ਪਲੇਟਾਂ ਲਾਉਣੀਆਂ ਜਿਹੜੇ ਨਾਲ ਫਿੱਟ ਹੋ ਸੀ ਨਾ, ਬਾਤੀ ਦੀਆਂ ਪਲੇਟਾਂ ਟਾਪਾ ਲੀਵਰ ਸਾਰਾ ਕੁਝ ਲਾ ਕੇ ਤੇ ਜਾਮ ਛੁੜਿਆ ਸੀ। ਠੀਕ ਹੈ ਜੀ, ਹਾਂਜੀ, ਇਹ ਕੁਝ ਕੰਮ ਹੈ ਜਨਾਬ। ਹੋਰ ਖੈਰ ਹੈ? ਠੀਕ ਹੋ? ਇਹਦਾ ਵਾ ਤਾਂ ਗੱਡੀ ਗਿਣ ਕੇ ਆਏ, ਥੋੜ੍ਹੀ ਦੀਦ ਮਰਾ ਗੱਡੀ ਤੇ, ਮਾਸ਼ਾਅੱਲਾ ਜਨਾਬ ਗੱਡੀ ਦਾ ਤਾਂ ਮਜ਼ਾ ਆ ਗਿਆ ਹੈ। ਇਹ ਦਫਾ ਸੇ ਜੀਪ ਤੇ ਆਏ ਹੈ। ਅੱਛਾ, ਠੀਕ ਹੈ ਨਾ, ਖਾਨ ਸਾਡਾ ਰਾਇਆ ਕਿੱਢੇ ਦਾ ਪਏ ਸਹੀ ਹੈ, ਤੇ ਉਹ ਥੋੜਾ ਬਿਜ਼ੀ ਹੈ ਵਾਲਾ ਸਾਹਿਬ ਹੈ ਜਿਹੜਾ ਹੈ ਨਾ, ਇਨਸ਼ਾਅੱਲਾ ਇਹ ਕੋ ਦੋ ਦਿਨ ਤਰਾ ਦਿਨ ਫਾਈਨਲ ਇਜ ਕਰੇ। ਬੜੀ ਗੱਲ ਹੈ, ਬੜੀ ਗੱਲ ਹੈ, ਬੜਾ ਟਾਈਮ ਗੁਜ਼ਰ ਗਏ, ਅਸਾਰੀ ਥੋੜੀ ਜੀ ਢਿੱਲ ਆਈ ਆ ਸਮਾਂ। ਹਾਂ, ਪਤਾ ਹੀ ਉਹ ਢਿੱਲ ਲੱਗੀ ਹੈ ਲਾਹੌਰ ਵਾਲੇ ਸਮਾਨ ਦੀ, ਲਾਹੌਰ ਵਾਲਾ ਸਮਾਨ, ਲਾਹੌਰ ਵਾਲਾ ਸਮਾਨ ਸਾਰਾ ਦੇਸੀ ਵਾਪਸ ਕੀ ਹੈ, ਬਾਤ ਸਰਗੋਦੇ ਚੂ ਆਏ, ਬਾਤ ਦੇਰ ਹੋ ਗਈ ਹੈ, ਸਮਾਨ ਜ਼ਿੰਦਗੀ ਕਹੀਂ ਬਿਰਾ ਵੀ ਗਣਾ, ਸਮਾਨ ਸਰਗੋਦਾ ਚ ਗਏ। ਕੀ ਬਾਤ ਹੈ, ਮਜ਼ਾ ਆਏ ਨਾ, ਮਜ਼ਾ ਆਇਆ, ਇੱਕ ਤਾਂ ਰੇਟ ਵੀ ਸਹੀ ਤੇ ਸਮਾਨ ਜੈਨੂਇਨ ਵੀ। ਅੱਛਾ, ਲਾਹੌਰ ਵਾਲਾ ਤੇ ਸਮਾਨ ਚੈੱਕ ਕਰਾਇਆ ਕਿ ਉਸੇ ਸਾਰਾ ਬਾਕੀ ਬਹੁਤ ਫਰਕ ਹੈ, ਬਹੁਤ ਜ਼ਿਆਦਾ। ਅੱਛਾ, ਮੈਂ ਬਹੁਤ ਜ਼ਿਆਦਾ ਜ਼ਿੱਦ ਕੀਤੀ ਹੈ, ਤੂੰ ਹੀ ਨਾਰਾਜ਼ ਆਏ, ਅਲੀ ਖਾਂ ਵੀ ਨਾਰਾਜ਼ ਆਈ, ਸਾਰੇ ਨਾਰਾਜ਼ ਕਿ ਸਾਡਾ ਮਾਲ ਜਿਹੜਾ ਰੱਬੜਾ ਹੈ, ਸੋਨਾ ਹੈ, ਲਾ ਦੇ ਲਾ ਦੇ, ਲੇਕਿਨ ਮੈਂ ਕਿ ਯਾਰ 7-8 ਲੱਖ ਦਾ ਮਾਲ ਹੈ, ਸਭ ਬੇਕਾਰ। ਹਾਂ, ਸਾਰਾ ਸਾਡਾ ਹੁਣ ਜਾਨ ਛੁੱਟ ਗਈ ਹੋਵੇ, ਅਗਰ ਅਸਾਂ ਉਹ ਮਾਲ ਦੱਬ ਦਿੱਤਾ ਹੋਵੇ ਨਾ, ਸਾਡੀ ਜਾਨ ਛੁੱਟ ਵਣੀ ਆ, ਪਰ ਉਹ 7-8 ਲੱਖ ਤੇ ਦਾ ਪਾਣੀ ਤੇ ਜ਼ਾਇਆ ਗਿਆ, ਜ਼ਾਇਆ ਗਿਆ, ਬਿਲਕੁਲ ਮਿੱਟੀ ਤੇ ਵੇਟ ਗਿਆ ਜੀ। ਇਹ ਅਸਾਂ ਹੁਣ ਜਰਾ ਸਮਾਨ ਕਿਤੇ, ਹਾਜੀ ਹਾਜੀ ਰਸ਼ੀਦ, ਕਿਆ ਹੈ ਹਾਜੀ, ਇਸਰਾਰ ਤੋਤਾ, ਹਾਜੀ ਇਸਰਾਰ ਤੋਤੇ ਨੂੰ ਸਮਾਨ ਕਿਤੇ, ਸਰਗੋਦੇ ਦਾ ਮੇਨ ਡੀਲਰ ਹੈ ਜੀ, ਔਰ ਬਹੁਤ ਹੀ ਅੱਛਾ ਬੰਦਾ ਹੈ, ਬਹੁਤ ਹੀ ਬਹੁਤ ਕਾਬਲੇ ਇਤਰਾਮ ਹੈ, ਕੋਈ ਸ਼ੱਕ ਨਹੀਂ, ਤੇ ਉਹਨੇ ਉੱਥੇ ਸਾਰੀ ਬੜੀ ਇੱਜ਼ਤ ਕੀਤੀ ਹੈ, ਬੜਾ ਸਾਰੇ ਕੋ ਲਾਹੌਰ ਵਾਲੇ ਨੇ ਰਹੇ ਆ, ਸਲੀਬ ਪਿਸਟਨ ਦਿੱਤੇ ਹਨ, ਪਿਸਟਨ ਬਾਇਆਨ, ਸਲੀਬ ਬਾਇਆਨ, ਸਭ ਬੋਰਿੰਗ ਲਵਾ ਕੇ ਫਰਕਾਈ ਨਾ, ਉਹ ਥਈ ਜਰਾ ਹੈ ਨਾ ਵਾਲ। ਅੱਛਾ, ਇਹ ਸ਼ੁਕਰ ਕਰ, ਮੈਂ ਖਿਆਲ ਆ ਗਏ, ਅਸਾਂ ਖੁਦ ਸਲੀਪਾਂ ਪਹਿਨਦੇ ਰਹੇ, ਪਿਸਟਨ ਹੀ ਪਹਿਨਦੇ ਰਹੇ, ਚੈੱਕ ਹੀ ਕਰੀਂਦੇ ਰਹੇ, ਇਹ ਸ਼ੁਕਰ ਕਰ ਕਿ ਉਥਾਂ ਹੀ ਪਵਾ ਗਈ ਦੀ ਪਵਾ ਗਈ ਦੇ, ਵਰਨਾ ਇੱਥੇ ਮਸਲਾ ਹੈ, ਮਸਲਾ ਹੈ ਇਵੇਂ ਹੈ ਨਾ, ਜੀ ਜੀ, ਉੱਥੇ ਅਸਾਂ ਬਲਾ ਬਈਆਂ ਚਾਹ ਕੇ ਵੱਧ ਉਹਦੇ ਵਿੱਚ ਪਵਾ ਕੇ ਮਕਸਦ ਦੇ ਚੈੱਕ ਕੀ ਗਏ, ਕਿ ਉਹ 2 ਨੰਬਰ ਗੇਟ ਆਈ ਇਹਦੇ ਵਿੱਚ ਪਈਏ ਤੇ ਫਸ ਗਏ ਪਿਸਟਨ, ਹੋਰ ਸਾਰੇ ਕੋਲ ਇੱਕ ਡੀਜ਼ਲ ਪੰਪ ਲਾਹੌਰ ਵਾਲੇ ਦਾ ਬੱਚਾ ਪਏ ਜੀ, ਇੱਕ ਅਸੈਂਬਲੀ ਬਚੀ, ਅਸੈਂਬਲੀ ਬਚੀ ਪਈ, ਬਾਕੀ ਛੋਟਾ ਮੋਟਾ ਇੱਕ ਦੋ ਆਈਟਮ ਹੈ, ਉਹ ਆਈਟਮ ਹਨ ਠੀਕ ਹੈ ਇਨਸ਼ਾਅੱਲਾ, ਇਹ ਠੀਕ ਆ ਨਾ, ਸਾ ਉਹ ਰੱਖੇ
ਅਗਰ ਇਹ ਡੀਜ਼ਲ ਪੰਪ ਸਹੀ ਨਾ ਹੋ ਸੀ ਤਾਂ ਲਾਹੌਰ ਵਾਲਿਆਂ ਨੂੰ ਇਹਦੇ ਅਸਾਂ ਜਰਗਾ ਤੇ ਪੈਸੇ ਗਿਣਸੋ ਜਿਵੇਂ ਬੜੀ ਗੱਲ ਹੈ ਬੜੀ ਗੱਲ ਪੈਸੇ ਗਿਣਨ ਲਾਹੌਰ ਵਾਲਿਆਂ ਨੂੰ ਸਾਡਾ ਕੋਈ ਮਸਲਾ ਕਹਿ ਨਹੀਂ ਅਸਾਂ ਆਪਣੀ ਅਪਰੋਚ ਦੇ ਨਾਲ ਪੈਸੇ ਗਿਣਸੋ ਇਨਸ਼ਾ ਅੱਲਾਹ ਬੜਾ ਇੱਕ ਧੋਖਾ ਹੀ ਮਲੇ ਕਿਸ਼ਾ ਧੋਖਾ ਹੀ ਬਹੁਤ ਧੋਖਾ ਕੀਤਾ ਸਾਫ ਆਖਿਨਾ ਇਹ ਐਗਰੋ ਦਾ ਮਾਲ ਹੈ ਐਗਰੋ ਦਾ ਮਾਲ ਜਾਂ ਮਕਸਦ ਇਹ ਕਿਸ ਕੰਪਨੀ ਦੇ ਵੀ ਡੈਨਵਰ ਦੀਆਂ ਗਰਾਰੀਆਂ ਜੈਨਵਨ ਕਰਕੇ ਦਿੱਤੀਆਂ ਨੇ ਸਾਰੇ ਬੜਿਆ ਆਇਆਂ ਵਿੱਚ ਸਮਾਨ ਢੇਰ ਬਣਾਇਆ ਬਿਲਕੁਲ ਬਿਲਕੁਲ ਤੇ ਐਗਰੋ ਕੰਪਨੀ ਦਾ ਬਹੁਤ ਜ਼ਿਆਦਾ ਪਰ ਬੜਿਆ ਆਇਆ ਬਹੁਤ ਹਲਕੀ ਕੰਡੀਸ਼ਨ ਹਲਕੀ ਕੜੀ ਹੈ ਹਲਕੀ ਕੜੀ ਜਾਂ ਅੱਛਾ ਹੁਣ ਗਰਾਰਾਂ ਦੇ ਤੈਨ ਠਾਈਏ ਤਾਂ ਅੱਜ ਆਂ ਤੇ ਤੈਨ ਬੁਰਸ਼ ਨਹੀਂ ਲਾਉਣ ਦੇ ਚੱਕ ਰੈਂਡਰ ਆ ਜੀ ਆ ਬੁਰਸ਼ ਲੱਗਿਆ ਨਾ ਤੈਨ ਵਾਜ਼ੇ ਪਤਾ ਲੱਗਿਆ ਕਿ ਇਹ ਜਗ੍ਹਾ ਵੈਲਡਿੰਗ ਤੇ ਭਰੀ ਉਹ ਪਾਲਿਸ਼ ਕਰ ਦੇ ਲਾ ਦਿੱਤੇ ਬਸ ਪਾਲਿਸ਼ ਕਰ ਠੀਕ ਉਹ ਵੈਂਦੇ ਸਰਗੋਦੇ ਚੋਂ ਪਾਲਿਸ਼ ਥੀ ਕਿ ਬਣ ਕੇ ਟੋਟਲ ਮਾਲ ਹੀ ਤਾਂ ਉਹ ਤਾਂ ਆਪੋ ਕੋ ਲਿਆ ਕਿ ਨੇ ਉਹਨਾਂ ਕੇ 3000 ਰੁਪਏ ਕਿਨੇ ਮਣ ਕੇ ਬਣਾ ਕੇ ਦੇ ਜਾਨ ਚੁੱਟੀ ਜੈਨਵਨ ਬਣਾ ਦੇ ਜੈਨਵਨ ਪਾਲਿਸ਼ ਕਰਕੇ ਪੱਤਾ ਹੀ ਨਾ ਲੱਗੇ ਇਹ ਉਹ ਹੈ ਲਾਹੌਰ ਵਾਲਿਆਂ ਕੋਲ ਸਮਾਨ ਆ ਹਾਂ ਬਿਲਕੁਲ ਇਹ ਗੱਲ ਚਲੋ ਠੀਕ ਹੈ ਜਨਾਬ ਬੜੀ ਮਿਹਰਬਾਨੀ ਸ਼ੁਕਰੀਆ ਠੀਕ ਹੈ ਸਰ ਠੀਕ ਹੈ ਅੱਲਾਹ ਹਾਫਿਜ਼